ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਹੈ ਇਸ ਗੱਲ ਦਾ ਕਿ ਤੁਸੀਂ ਵਿਧਾਨ ਸਭਾ 'ਚ ਪ੍ਰਸ਼ਨ ਸਾਡੀ ਪੁਰਾਣੀ ਪੈਨਸ਼ਨ ਦਾ ਰੱਖਿਆ ਸੀ ਉਹਦੇ ਲਈ ਤੁਸੀਂ ਵਧਾਈ ਦੇ ਹੱਕਦਾਰ ਹੋ ਪਰ ਫਿਰ ਵੀ ਸਾਡੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਨੇ ਇੱਕ ਪ੍ਰਸ਼ਨਾਂ ਦਾ ਜੀ ਖਰੜਾ ਬਣਾਇਆ ਹੋਇਆ ਜਿੰਨੇ ਵੀ ਪੰਜਾਬ ਦੇ ਸਰਕਾਰ ਦੇ ਚੁਣੇ ਹੋਏ ਵਿਧਾਇਕ ਸੀਗੇ ਉਹਨਾਂ ਸਾਰਿਆਂ ਕੋਲ ਹੀ ਅਸੀਂ ਇਹ ਜਿਹੜੇ ਆ ਪ੍ਰਸ਼ਨ ਕਰ ਰਹੇ ਹਾਂ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ 'ਤੇ ਬੜੀਆਂ ਵੀਡੀਓ ਘੁੰਮ ਰਹੀਆਂ ਉਹ ਸਾਰੀਆਂ ਸਾਡਾ ਇਹੀ ਹੈ ਬਈ ਕਿਉਂਕਿ ਮੁਲਾਜ਼ਮਾਂ ਦਾ ਬਹੁਤ ਵੱਡਾ ਹੱਥ ਰਿਹਾ ਆਪ ਸਰਕਾਰ ਨੂੰ ਬਣਾਉਣ 'ਚ ਅਤੇ ਹੁਣ ਸਾਡੀ ਇਹ ਬੇਨਤੀ ਹੈ ਵੀ ਜਿਹੜੇ ਕੁਝ ਪ੍ਰਸ਼ਨ ਨੇ ਮੈਂ ਤੁਹਾਡੇ ਤੋਂ ਪੁੱਛਣ ਜਾ ਰਿਹਾ ਮਾਣਯੋਗ ਸਤਿਕਾਰਯੋਗ ਸਰਦਾਰ ਕਰਮਵੀਰ ਸਿੰਘ ਘੁੰਮਣ ਜੀ MLA ਹਲਕਾ ਦਸੂਹਾ ਜੀ ਤੋਂ ਮਾਣਯੋਗ ਹਲਕਾ ਵਿਧਾਇਕ ਜੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਆਪ ਜੀ ਨੂੰ ਬਹੁਤ ਵਾਰ ਪੁਰਾਣੀ ਪੈਨਸ਼ਨ ਲਈ ਮੰਗ ਪੱਤਰ ਦਿੱਤੇ ਗਏ ਉਸ ਬਾਬਤ ਆਪ ਜੀ ਵੱਲੋਂ ਕੀ ਕਾਰਵਾਈ ਕੀਤੀ ਗਈ ਅਤੇ ਆਪ ਜੀ ਵੱਲੋਂ ਵਿਧਾਨ ਸਭਾ ਦੇ ਕਿਸ ਸੈਸ਼ਨ ਵਿੱਚ ਪੁਰਾਣੀ ਪੈਨਸ਼ਨ ਦਾ ਮੁੱਦਾ ਚੁੱਕਿਆ ਗਿਆ ਮਾਣਯੋਗ ਹਲਕਾ ਵਿਧਾਇਕ ਜੀ ਪ੍ਰਸ਼ਨ ਨੰਬਰ 2 ਮਾਣਯੋਗ ਹਲਕਾ ਵਿਧਾਇਕ ਜੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜੋ ਕਿ ਪੰਜਾਬ ਦੀਆਂ ਲਗਭਗ 24 ਦੇ ਕਰੀਬ ਜਥੇਬੰਦੀਆਂ ਦਾ ਸਾਂਝਾ ਪਲੇਟਫਾਰਮ ਹੈ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਫਤਵੇ ਨਾਲ ਜਿਤਾਇਆ ਹੈ ਪਰ ਆਪ ਸਰਕਾਰ ਮੁਲਾਜ਼ਮਾਂ ਦੀਆਂ ਉਮੀਦਾਂ ਉੱਪਰ ਖਰੀ ਨਹੀਂ ਉਤਰੀ ਕੀ ਆਉਣ ਵਾਲੇ ਸਥਾਨਕ ਸਰਕਾਰਾਂ ਅਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਆਪ ਜੀ ਨੂੰ ਸਾਡੀਆਂ ਵੋਟਾਂ ਨਹੀਂ ਚਾਹੀਦੀਆਂ ਤੀਸਰਾ ਪ੍ਰਸ਼ਨ ਹੈ ਮਾਣਯੋਗ ਹਲਕਾ ਵਿਧਾਇਕ ਜੀ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ 18 ਨਵੰਬਰ 2022 ਨੂੰ ਪੰਜਾਬ ਦੇ ਮੁਲਾਜ਼ਮਾਂ ਉੱਪਰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਜੋ ਨੋਟੀਫਿਕੇਸ਼ਨ ਕੀਤਾ ਗਿਆ ਸੀ ਉਹ ਅਜੇ ਤੱਕ ਲਾਗੂ ਕਿਉਂ ਨਹੀਂ ਕੀਤਾ ਗਿਆ ਪ੍ਰਸ਼ਨ ਨੰਬਰ 4 ਜੀ ਮਾਣਯੋਗ ਹਲਕਾ ਵਿਧਾਇਕ ਜੀ ਆਪ ਜੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਗਰੰਟੀ ਦਿੱਤੀ ਗਈ ਸੀ ਕਿ ਸਰਕਾਰ ਬਣਦੇ ਸਾਰ ਹੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਪਰ ਆਪ ਜੀ ਦੇ ਸਰਕਾਰ ਵੱਲੋਂ ਲਗਭਗ 1.5 ਸਵਾ ਬੀਤ ਜਾਣ ਬਾਅਦ ਬਾਵਜੂਦ ਸਾਡੀ ਮੰਗ ਅਜੇ ਤੱਕ ਪੂਰੀ ਕਿਉਂ ਨਹੀਂ ਹੋਈ ਪ੍ਰਸ਼ਨ ਨੰਬਰ 5 ਮਾਣਯੋਗ ਹਲਕਾ ਵਿਧਾਇਕ ਜੀ ਆਪ ਜੀ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਉੱਪਰ ਪੁਰਾਣੀ ਪੈਨਸ਼ਨ ਬਹਾਲ ਕਰਨ SOP ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਦਾ ਨਿਰਮਾਣ ਕਰਨ ਲਈ ਮਾਣਯੋਗ ਵਿੱਤ ਮੰਤਰੀ ਹਰਪਾਲ ਚੀਮਾ ਜੀ ਦੀ ਅਗਵਾਈ ਵਿੱਚ ਕੈਬਨਿਟ ਮੰਤਰੀਆਂ ਦੀ ਜੋ ਸਬ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੀ ਅਜੇ ਤੱਕ ਕੋਈ ਰਿਪੋਰਟ ਕਿਉਂ ਨਹੀਂ ਪੇਸ਼ ਕੀਤੀ ਜਾਂ ਉਸਦੇ ਰਿਪੋਰਟ ਕਿਉਂ ਨਹੀਂ ਸਾਰਵਜਨਿਕ ਕੀਤੀ ਸੋ ਇਹ ਸਾਡੇ ਕੁਝ ਪ੍ਰਸ਼ਨ ਨੇ ਜੀ ਅਤੇ ਨਾਲ ਸਾਡਾ ਹੁਣ ਅਸੀਂ ਮੰਗ ਪੱਤਰ ਲਈ ਰੋਸ ਪੱਤਰ ਦੇ ਰਹੇ ਹਾਂ ਕਿਉਂਕਿ ਸਾਡਾ ਸਾਲ ਬਾਅਦ ਵੀ ਜਿਹੜਾ ਕੰਮ ਹੈ ਉਹ ਅਧੂਰਾ ਹੀ ਲਟਕਿਆ ਹਿਮਾਚਲ ਵਿੱਚ 3 ਮਹੀਨਿਆਂ ਦੇ ਅੰਦਰ ਅੰਦਰ ਪੁਰਾਣੀ ਪੈਨਸ਼ਨ ਲਾਗੂ ਹੋ ਗਈ ਪੰਜਾਬ ਸਰਕਾਰ ਦੇ 1.5 ਸਾਲ ਬੀਤ ਜਾਣ ਬਾਅਦ ਵੀ ਹਾਲੇ ਇੱਕ ਵੀ ਕਰਮਚਾਰੀ ਇਹ ਨਹੀਂ ਕਹਿ ਸਕਦਾ ਕਿ ਉਸਦੀ GPF ਕਟੌਤੀ ਵੱਧ ਹੋਊਗੀ ਅਤੇ NPS ਕਟੌਤੀ ਸ਼ੁਰੂ ਹੋ ਗਈ ਮਾਣਯੋਗ ਵਿੱਤ ਮੰਤਰੀ ਜੀ ਨਾਲ ਵੀ ਸਾਡੀ 6 ਅਪ੍ਰੈਲ ਨੂੰ ਮੀਟਿੰਗ ਹੋਈ ਸੀ ਉਹਨਾਂ ਨੇ 2 ਮਹੀਨਿਆਂ ਦਾ ਸਮਾਂ ਮੰਗਿਆ ਸੀ ਔਰ 6 ਜੂਨ ਨੂੰ 2 ਮਹੀਨੇ ਦਾ ਸਮਾਂ ਹੋ ਗਿਆ ਪਰ 2 ਮਹੀਨੇ ਕੀ 6 ਮਹੀਨੇ ਹੋਣ ਲੱਗੇ ਆ ਜੀ ਅਜੇ ਤੱਕ ਉਸ 'ਤੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਸੋ ਮੈਂ ਇਹ ਸਾਡੀ ਬੇਨਤੀ ਹੈ ਵੀ ਇਹ ਜਿਹੜੇ ਪ੍ਰਸ਼ਨ ਹੈ ਇਹ ਤੁਸੀਂ ਅੱਗੇ ਵੀ ਸਰਕਾਰ ਅੱਗੇ ਰੱਖੋ ਅਤੇ ਹੁਣ ਵੀ ਜਿਹੜੇ ਮੇਰੇ ਨਾਲ ਕਰਮਚਾਰੀ ਸਾਥੀ ਆਏ ਹਨ ਜ਼ਰੂਰ ਭਰੋਸਾ ਦਿਓ ਧੰਨਵਾਦ ਸਤਿਕਾਰਯੋਗ ਜਿੰਨੇ ਵੀ ਮੇਰੇ ਵੱਡੇ ਛੋਟੇ ਭੈਣ ਭਰਾ ਤੁਸੀਂ ਬੈਠੇ ਜਿੱਥੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪ੍ਰਣਾਮ ਨਮਸਕਾਰ ਪਹਿਲਾਂ ਤਾਂ ਮਾਫ਼ੀ ਮੰਗਦੇ ਹਾਂ ਵੀ ਤੁਹਾਨੂੰ ਇੱਦਾਂ ਬਿਠਾਉਣਾ ਪਿਆ ਸੀ ਤੁਸੀਂ ਸਾਰਿਆਂ ਨੂੰ ਪੜ੍ਹਾਉਣ ਵਾਲੇ ਲੋਕ ਜੀ ਵੈਸੇ ਚੰਗਾ ਨਹੀਂ ਲੱਗਦਾ ਮੇਰੇ ਵੱਲੋਂ ਤਾਂ ਕਿ ਤੁਸੀਂ ਇੱਥੇ ਬੈਠੋ ਥੱਲੇ ਔਰ ਮੇਰੀ ਹੁਣ ਵੀ ਇਹੀ ਹੈ ਕਿ ਤੁਸੀਂ ਜੇ ਮੈਂ ਤਾਂ ਸੀਗਾ ਤੁਸੀਂ ਮੰਗ ਪੱਤਰ ਦੇਣਾ ਸਰ ਔਰ ਜੇ ਤੁਸੀਂ ਇੱਦਾਂ ਹੀ ਕਰਨਾ ਤਾਂ ਆਪਾਂ ਤੁਹਾਡਾ ਕੋਈ ਇੱਥੇ ਯੋਗ ਪ੍ਰਬੰਧ ਕਰਦੇ ਕਿਉਂਕਿ ਰੋਸ ਪ੍ਰਦਰਸ਼ਨ ਕਰਨਾ ਹਰ ਬੰਦੇ ਦਾ ਰਾਈਟ ਆ ਹਰ ਬੰਦਾ ਅਸੀਂ ਵੀ ਕਰਦੇ ਹਾਂ ਜੇ ਸਾਡੀ ਕੋਈ ਮੰਗ ਪੂਰੀ ਨਹੀਂ ਹੁੰਦੀ ਅਸੀਂ ਵੀ ਰੋਸ ਪ੍ਰਦਰਸ਼ਨ ਕਰਦੇ ਹਾਂ ਪਰ ਇੱਦਾਂ ਵਧੀਆ ਨਹੀਂ ਲੱਗਦਾ ਕਿ ਆਪਾਂ ਥੱਲੇ ਬੈਠੀਏ ਕਿਉਂਕਿ ਤੁਸੀਂ ਗੱਲ ਸੁਣਨ ਲਈ ਬੈਠੇ ਆ ਜੀ ਨਹੀਂ ਗੱਲ ਠੀਕ ਹੈ ਚੰਗਾ ਨਹੀਂ ਲੱਗਦਾ ਵੈਸੇ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇਹ ਮੈਂ ਪਹਿਲਾਂ ਹੀ MLA ਹੋਊਂਗਾ ਜਿਹਨੇ ਵਿਧਾਨ ਸਭਾ ਦੇ ਵਿੱਚ ਸਵਾਲ ਕੀਤਾ ਸੀਗਾ ਉੱਥੇ ਜਦੋਂ ਪਾਇਆ ਸੀਗਾ ਔਰ ਚਲੋ ਠੀਕ ਆ ਉਹਦੇ ਵਿੱਚ ਮੇਰਾ ਔਰ ਚੰਨੀ ਸਾਹਿਬ ਜਿਹੜੇ ਮੌਕੇ ਦੇ ਹੁਣ MLA ਨੇ ਚਮਕੌਰ ਸਾਹਿਬ ਤੋਂ ਸਾਡਾ ਦੋਨਾਂ ਦਾ ਸਾਂਝਾ ਸਵਾਲ ਲੱਗ ਗਿਆ ਸੀ ਅਤੇ ਉਹਦਾ ਜਵਾਬ ਵੀ ਆਇਆ ਸੀਗਾ ਵੀ ਆਪਾਂ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਔਰ ਜਿਹੜੇ ਹੋਣੇ ਆ ਵਿਧਾਨ ਸਭਾ ਦਾ ਸੈਸ਼ਨ ਆ ਫਿਰ ਇਹਦੇ ਵਿੱਚ ਤੁਹਾਡਾ ਸਵਾਲ ਉਠਾਵਾਂਗੇ ਔਰ ਮਤਲਬ ਇਹ ਨਹੀਂ ਗਾ ਕਿ ਆਪਾਂ ਕੋਈ ਝੂਠ ਬੋਲ ਦਿਆਂਗੇ ਇੱਥੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਲਾਈਵ ਸੈਸ਼ਨ ਆ ਹੁਣ ਤਾਂ ਝੂਠ ਬੋਲਣ ਦੀ ਲੋੜ ਵੀ ਨਹੀਂ ਪੈਂਦੀ ਜਿਹੜੀ ਚੀਜ਼ ਉੱਥੇ ਬੋਲਣੀ ਆ ਉਹ 1 ਮਿੰਟ 'ਚ ਪਤਾ ਲੱਗ ਜਾਂਦੀ ਹੈ ਔਰ ਜਿਹੜੀਆਂ ਬਾਕੀ ਤੁਹਾਡੀਆਂ ਮੰਗਾਂ ਨੇ ਇਹ ਤੁਸੀਂ ਆਪ ਹੀ ਖੁਦ ਮੰਤਰੀ ਸਾਹਿਬ ਨਾਲ ਮੀਟਿੰਗਾਂ ਕਰਦੇ ਹੋ ਤੁਹਾਨੂੰ ਪਤਾ ਹੈ ਜ਼ਿਆਦਾ ਵਿੱਚ ਇਹਦੇ ਵਿੱਚ ਕਿਹੜੀ ਕੋਈ ਟੈਕਨੀਕਲ ਪ੍ਰੋਬਲਮ ਹੈ ਜਾਂ ਕੋਈ ਉੱਦਾਂ ਕੋਈ ਪ੍ਰੋਬਲਮ ਆ ਇਹਦੇ ਬਾਰੇ ਤੁਸੀਂ ਜ਼ਿਆਦਾ ਦੱਸ ਸਕਦੇ ਹੋ ਔਰ ਜੇ ਕਿਤੇ ਸਾਡੇ ਲੈਵਲ ਦੀ ਕੋਈ ਗੱਲ ਆ
जिहदे नाल तुहाडा कोई मसला हल हो सकदा, असीं तुहाडी मंग उपर तक लैके जा सकते हैं। और जिन्नी बारी तुसीं मैनूं मंग पत्र दित्ता है, मैं तुहाडा मंग पत्र उपर सीएम साहब तक पहुँचाया, और दफ्तर का जो जवाब मैनूं आउंदा रहा मैं तुहानूं सेंड कर देना भी आह तुहाडे दफ्तर साडे दफ्तर चों आह तुहानूं जवाब आया। और आह जिहड़ा तुसीं रोस पत्र दित्ता ये भी मैं बुधवार या वीरवार को मैं जाना चंडीगढ़, उदने तुहाडा रोस पत्र भी सीएम ऑफिस देख के आऊँगा, और यदा जो जवाब आऊगा वो तुहानूं दस भी दिता जाऊगा कि आहड़ी प्रोसीडिंग चल रही है, आहड़ी पेंडिंग है, जी कमियां रिंदियां ने। और मैं पूर्ण उम्मीद है कि जिदा तुम सा पहला साथ दिता जी, क्योंकि तो बदौलत ही असं बने सारे की बदौलत, और सरकार वालों भी पॉजिटिव तरीके लिया जा रहा, यह नहीं है कि नैगेटिव तरीके लिया जा रहा, नहीं तो जो ना करना हों नोटिफिकेशन नहीं करना जी। और तुहाडियां हर बार मीटिंग हुई, कोई माड़ी मोटी कोई प्रॉब्लम आदि रिंदियां बच्चे कोई ना कोई वो करके शायद कोई डिले हो सकता है। असं भी चीमा साहब मिल के जी तुम दसी है कमेटी बनाई है, रिपोर्ट आई है, ये रिपोर्ट मैं परसनली तौर पर पूछ के तुम जरूर दसागा। और सीएम साहब थोड़े वास्ते खास करके मुलाजमान वास्ते जो जो मुलाजमान वास्ते सरकार ने किया एक साल सवा साल वो तुम मैं बेहतर जानते हो किन्ने किन्ने हर डिपार्टमेंट भर्ती हुई ने, किन्ने मुलाजम पक्के हुए हैं, और हर डिपार्टमेंट के भर्ती हो रही है, और समा जरूर लगेगा। तुम्हें भी पता है कि जो सिस्टम हिलया हुआ सारा पास सिस्टम ठीक करने वास्ते टाइम जरूर लगेगा, पर निराश होने की लड़ नहीं कि सरकार थोड़े नाल असं थोड़े नाल आ, और परमात्मा करे जल्दी ये जी थोड़ी कल्याण की मंग नहीं, ऑल ओवर सारे पंजाब की मंग है, और ये मंग थोड़ी जल्दी पूरी होवे, और मैं जी थोड़े मंग है ये जरूर एक हफ्ते रिपोर्ट दया के धन्यवाद। शुक्रिया।